ਅਮਨ ਦਿਮਾਗ ਦਿਲਬਾਗ। ਇਹ ਤੁਹਾਡੇ ਸੱਟ ਕਿਵੇਂ ਲੱਗੀ ਆ? ਲਾ ਗਏ ਹਾਂਜੀ ਲਾਏ ਯਾਦ ਆ ਪਹਿਲਾਂ ਤੁਹਾਨੂੰ ਜਦੋਂ ਸੱਟ ਤੁਹਾਡੇ ਲੱਗੀ ਆ? ਕਿੱਥੇ ਜਾ ਰਹੇ ਸੀ ਤੁਸੀਂ ਉਦੋਂ ਜਦ ਤੁਹਾਡੇ ਸੱਟ ਲੱਗੀ ਆ? ਜਾ ਰਿਹਾ ਤਾਂ ਪਹਿਲਾਂ ਤੁਸੀਂ ਕਿੱਥੇ ਜਾ ਰਹੇ ਸੀ ਜਦੋਂ ਤੁਹਾਡਾ ਨਾਂ ਸੌ ਵਾਪਰਿਆ? ਨਹੀਂ ਜਾ ਰਹੇ? ਕਿੱਥੇ ਸੱਟ ਲੱਗੀ ਹੁਣ ਕੀ ਪ੍ਰੋਬਲਮ ਆ? ਮਾਤਾ ਜੀ ਕਿਹੜਾ ਤੁਹਾਡਾ ਪਿੰਡ ਆ ਔਰ ਕੀ ਤੁਹਾਡਾ ਨਾਮ? ਹਾਂਜੀ ਭਾਅ ਜੀ, ਪਿੰਡ ਸਾਡਾ ਖਖਰੈਣ ਆ, ਸਤਿਆਰਾਣੀ ਮੇਰਾ ਨਾਂ ਆ। ਜਿਹੜੇ ਬੇਟੇ ਦੇ ਸੱਟ ਲੱਗੀ ਤੁਹਾਡੇ ਕੀ ਲੱਗਦੇ ਆ? ਮੇਰਾ ਬੇਟਾ ਆ। ਸੱਟ ਕਿਵੇਂ ਲੱਗੀ ਸੀਗੀ? ਇਹ ਫੱਤੂ ਢੀਂਗੇ ਜਾਣ ਡੇ ਸੀ। ਕਿਹੜੇ ਵਹੀਕਲ ਤੇ ਸੀਗੇ? ਹਾਂਜੀ ਇਹ ਹੈਗੇ ਸੀਗੇ, ਜਾਣ ਡੇ ਸੀਗੇ, ਪਾਗਲ ਮੁੰਡਾ ਸੀਗਾ, ਕਦੀ ਉੱਧਰ ਨੂੰ ਜਾਂਦਾ ਸੀ ਕਦੀ ਆਉਣ ਨੂੰ ਜਾਂਦਾ ਸੀ, ਮੁੰਡਾ ਪਾਗਲ ਜਿਹੜਾ ਸੀਗਾ ਉਹ ਵਿੱਚ ਮੁੜ ਕੇ ਬਾਅਦ ਵਿੱਚ ਹੈਂਡਲ ਘੁੰਮ ਗਿਆ ਵਾ, ਮੁੜ ਕੇ ਸੱਟ ਬਹੁਤ ਜ਼ਿਆਦਾ ਲੱਗੀ ਹੈ। ਕਿੱਥੇ ਲੱਗੀ ਸੱਟ? ਸਿਰ ਦੇ ਵਿੱਚ ਲੱਗੀ ਹੈ, ਹੱਡੀ ਅਜੇ ਪੈਣੀ ਆ। ਫਿਰ ਜਿਹੜਾ ਇਲਾਜ ਆ ਡਾਕਟਰੀ ਇਲਾਜ ਕਿੱਥੇ ਚੱਲਿਆ ਨਾ? ਸੱਤਿਆ ਹੋਸਪਿਟਲ ਕਪੂਰਥਲਾ ਚੌਂਕ। ਹਸਪਤਾਲ ਵਿੱਚ ਕਿੰਨੇ ਚਿਰੇ ਹੋ ਜਿਹੜੇ ਇਲਾਜ ਰਹੇ? ਹਾਂਜੀ ਡੇਢ ਮਹੀਨਾ ਸਾਨੂੰ ਹੋ ਗਿਆ ਸੀਗਾ, ਅਜੇ ਇਲਾਜ ਦਾ ਕਾਫੀ ਲੰਮਾ ਚੱਲਣ ਡਿਆ ਵਾ, ਉਹਨਾਂ ਨੇ ਪੈਸੇ ਹੈ ਨਹੀਂ ਸਾਡੇ ਕੋਲ ਤੇ ਛੁੱਟੀ ਦੇ ਦਿੱਤੀ ਉਹਨਾਂ ਨੇ। ਮਤਲਬ ਕਮਾਈ ਦਾ ਕੀ ਸਾਧਨ ਹੈ ਪਰਿਵਾਰ ਦੇ? ਕਮਾਈ ਸਾਧਨ ਦਿਹਾੜੀ ਦੱਪਾ ਹੀ ਹੈ। ਮਤਲਬ ਜਿਹੜੇ ਭਾਈ ਸਾਹਿਬ ਦੇ ਸੱਟ ਲੱਗੀ ਇਹੋ ਹੀ ਜਿਹੜੇ ਕਮਾਉਣ ਵਾਲੇ ਸੀ? ਹਾਂਜੀ ਇਹੋ ਹੀ ਕਮਾਉਣ ਵਾਲੇ ਸੀ। ਹੁਣ ਤੱਕ ਕਿੰਨੇ ਕੁ ਪੈਸੇ ਲੱਗ ਗਏ ਇੱਥੇ? ਬਹੁਤ ਲੱਗ ਗਏ ਭਾਅ ਜੀ, ਬਹੁਤ ਲੋਕਾਂ ਕੋਲ ਵੀ ਫੜੇ, ਬਹੁਤ ਵਿਆਜੀ ਲੈ ਲੈ ਇਲਾਜ ਕਰਾਇਆ। ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ? ਹੁਣ ਅਜੇ ਕੁਛ ਨਹੀਂ, ਅਜੇ ਇਹਦੇ ਤੇ ਹੀ ਅਸੀਂ। ਹੋਰ ਕਿਸੇ ਸੰਸਥਾ ਨੇ ਜਾਂ ਹੋਰ ਕਿਸੇ ਨੇ ਤੁਹਾਡੀ ਮਦਦ ਕੀਤੀ ਹੋਵੇ? ਅਜੇ ਤਾਂ ਕਿਸੇ ਨੇ ਮਦਦ ਨਹੀਂ ਕੀਤੀ ਸਾਡੀ। ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਤੋਂ ਕੀ ਮੰਗ ਕਰਦੇ ਆ? ਉਹਨਾਂ ਨੂੰ ਅਸੀਂ ਕਹਿੰਦੇ ਵੀ ਸਾਡਾ ਹੈਲਪ ਕਰੋ ਤੁਸੀਂ, ਅਸੀਂ ਇਲਾਜ ਕਰਾਈਏ ਹੀ ਇਹਨਾਂ ਦਾ। ਡਾਕਟਰਾਂ ਨੇ ਕਿੰਨਾ ਕੁ ਦੱਸਿਆ ਦਾ ਬਾਕੀ ਇਲਾਜ ਆ? ਅਜੇ ਕਹਿੰਦੇ ਵੀ ਡੇਢ ਮਹੀਨਾ ਚੰਦੂਗਾ ਇਲਾਜ ਇਹਦਾ, ਹੱਡੀ ਵੀ ਅਜੇ ਪੈਣੀ ਆ ਕਹਿੰਦੇ 6 ਮਹੀਨਿਆਂ ਦੀ। ਮਤਲਬ ਕਿੰਨੇ ਕੁ ਪੈਸੇ ਦੀ ਜ਼ਰੂਰਤ ਹੈ ਪਰਿਵਾਰ ਨੂੰ? ਅਜੇ 4 ਲੱਖ ਰੁਪਈਆ ਉਹ ਕਹਿੰਦੇ ਵੀ ਲੰਘੂਗਾ ਜੀ। ਕਾਫੀ ਪੰਜਾਬ ਦੇ ਵਿੱਚ ਆਪਣੇ ਸਮਾਜਿਕ ਸੰਸਥਾਵਾਂ ਜਿਹੜੀਆਂ ਲੋਕਾਂ ਲਈ ਹੈਲਪ ਕਰਦੀਆਂ, ਕੀ ਅਪੀਲ ਕਰਦੇ ਉਹਨਾਂ ਨੂੰ? ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੀ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ, ਅਸੀਂ ਬਹੁਤ ਤੰਗ ਹਾਂ, ਅਸੀਂ ਬੱਚਿਆਂ ਨੂੰ ਮੰਜੇ ਤੋਂ ਉਠਾਲਣਾ ਚਾਹੁੰਦੇ ਹਾਂ, ਕੀ ਕੰਮ ਕਰੂਗਾ, ਉਹਦੇ ਬੱਚੇ ਛੋਟੇ ਆ। ਬੇਟੇ ਕੀ ਨਾਂ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਕਿਹੜਾ ਪਿੰਡ? ਖਖਰੈਣ। ਜਿਹੜੇ ਵੀਰ ਦੇ ਸੱਟ ਲੱਗੀ ਆ ਤੁਹਾਡੇ ਕੀ ਲੱਗਦੇ? ਮੇਰੇ ਹਸਬੈਂਡ ਦਾ ਸੱਟ ਕਿਵੇਂ ਲੱਗੀ ਸੀ? ਉਹ ਮੋਟਰਸਾਈਕਲ ਤੇ ਜਾਂਦੇ ਸੀ ਕਿਤੇ ਤੇ ਉਹ ਕੋਈ ਪਾਗਲ ਆ ਗਿਆ ਸੀ ਮੋਰੇ ਤੋਂ, ਮੋਟਰਸਾਈਕਲ ਤੋਂ ਡਿੱਗ ਗਿਆ। ਕਿੱਥੇ ਸੱਟ ਲੱਗੀ ਆ? ਉਹਨਾਂ ਦੇ ਸਿਰ 'ਚ ਸੱਟ ਲੱਗੀ ਹੈ। ਕਿੰਨੀ ਦੇਰ ਹੋ ਗਈ ਹੈ? ਉਹਨਾਂ ਨੂੰ 1.5 ਮਹੀਨਾ ਹਸਪਿਟਲ ਰਹਿ ਕੇ ਆਏ ਹਾਂ ਜੀ। ਕਾਫੀ ਸਮਾਂ ਪਿਆ। ਹਾਂਜੀ ਹਾਂਜੀ ਇਲਾਜ ਚੱਲ ਰਿਹਾ ਇਹਨਾਂ ਦਾ। ਹਾਂਜੀ ਕੀ ਡਾਕਟਰੀ ਰਿਪੋਰਟ 'ਚ ਕੀ ਹੈਗਾ ਇਹਦਾ ਜੀ? ਇਹਨਾਂ ਦੇ ਦਿਮਾਗ 'ਚ ਜ਼ਿਆਦਾ ਸਵੈਲਿੰਗ ਹੋਣ ਦਾ ਕਰਕੇ ਇਹਨਾਂ ਦੀ ਹੱਡੀ ਕੱਢੀ ਹੈ ਬਾਹਰ,
ਤੇ ਹੁਣ ਉਹ 6 ਮਹੀਨੇ ਤੱਕ ਪੈਣੀ ਆ। 1.5 ਸਾਲ ਇਹਨਾਂ ਦਾ ਇਲਾਜ ਹੋਣਾ, ਨੋਰਮਲ ਹੋਣ ਨੂੰ 1 ਸਾਲ ਲੱਗ ਸਕਦਾ। ਤੇ ਹਜੇ ਨਾ ਵੀ ਉਹ ਚੱਲ ਪਾਉਂਦੇ ਆ ਤੇ ਨਾ ਵੀ ਕੁਛ ਬੋਲ ਪਾਉਂਦੇ ਆ, ਨਾ ਵੀ ਕੁਛ ਹਜੇ ਉਹਨਾਂ ਦੀ ਸਮਝ ਤੋਂ ਸਭ ਕੁਛ ਬਾਹਰ ਆ। ਕੀ ਕੰਮ ਕਰਦੇ ਸੀ? ਕੰਮ ਦਿਹਾੜੀ ਤਾਂ ਪਾਈ ਕਰਦੇ ਸੀਗੇ। ਫਿਰ ਤੁਸੀਂ ਪਰਿਵਾਰ ਦੀ ਜਿਹੜੀ ਆਰਥਿਕ ਹਾਲਾਤ ਜਿਹੜੇ ਠੀਕ ਨਹੀਂ ਗਏ, ਫਿਰ ਇਲਾਜ ਕਿਵੇਂ ਹੋਇਆ? ਅਸੀਂ ਇੱਦਾਂ ਹੀ ਕਿਸੇ ਕੋਲੋਂ ਫੜ ਦੜ ਕੇ ਤੇ ਥੋੜਾ ਬਹੁਤਾ ਰਿਸ਼ਤੇਦਾਰਾਂ ਕੋਲੋਂ ਲਏ ਆ ਪੈਸੇ। ਹਾਂਜੀ, ਹੁਣ ਡਾਕਟਰਾਂ ਨੇ ਇਹਨੂੰ ਹਸਪਤਾਲ ਚੋਂ ਡਿਸਚਾਰਜ ਪੈਸੇ ਦਾ ਕਰ? ਹਾਂਜੀ, ਪੈਸਿਆਂ ਦਾ ਕਰਕੇ ਉਹਨਾਂ ਨੇ ਛੁੱਟੀ ਦੇ ਦਿੱਤੀ ਹੈ। ਠੀਕ ਹੈ ਨਾ? ਡਾਕਟਰਾਂ ਦਾ ਡਾਕਟਰ ਕਹਿੰਦੇ ਕਿ ਇੱਕ ਸਾਈਡ ਵੀ ਨਹੀਂ ਚੱਲਦੀ। ਉਹ ਕਹਿੰਦੇ ਕਿ ਪਹਿਲਾਂ ਪੈਸੇ ਸਤਿਅਮ ਹਸਪਤਾਲ ਕਪੂਰਥਲਾ ਚੌਂਕ 'ਚ ਬਹੁਤ ਉਹਨਾਂ ਦਾ ਪੇਮੈਂਟ ਬਹੁਤ ਜ਼ਿਆਦਾ ਸੀ, ਇਸ ਲਈ ਸਾਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ। ਉਹ ਕਹਿੰਦੇ ਕਿ ਤੁਸੀਂ ਘਰ ਚਲ ਜਾਓ, ਤੁਹਾਡੇ ਕੋਲ ਇੱਥੇ ਇਲਾਜ ਹੁੰਦਾ। ਇਹਦਾ ਫਿਰ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਵੀ ਜਿਹੜੀ ਸਿਹਤ ਸਹੂਲਤਾਂ ਵਾ ਬਹੁਤ ਵਧੀਆ ਪੰਜਾਬ 'ਚ ਮਿਲ ਰਹੀਆਂ, ਕੀ ਤੁਸੀਂ ਫਿਰ ਇਹਦਾ ਸਰਕਾਰੀ ਇਲਾਜ ਕਿਉਂ ਨਹੀਂ ਕਰਾਇਆ? ਸਰਕਾਰੀ 'ਚ ਸਰ ਇਹ ਇਲਾਜ ਨਹੀਂ ਹੈਗਾ। ਪਹਿਲਾਂ ਸਰਕਾਰੀ ਲੈ ਕੇ ਗਏ ਸੀ, ਉਹਨਾਂ ਨੇ ਸਕੈਨਿੰਗ ਕੀਤੀ, ਸਗੋਂ ਟਾਈਮ ਵੀ ਵੇਸਟ ਕੀਤਾ ਸਾਡਾ, ਉਹਨਾਂ ਨੇ ਕੋਈ ਸਾਡਾ ਹੱਲ ਨਹੀਂ ਕੀਤਾ। ਬਾਅਦ 'ਚੋਂ ਸਾਨੂੰ ਕਹਿੰਦੇ ਕਿ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ, ਸਾਡੇ ਪਰਸੋਂ ਬਾਹਰ ਆ। ਹਾਂਜੀ, ਹੁਣ ਕੀ ਮੰਗ ਕਰਦਾ ਪਰਿਵਾਰ? ਪਰਿਵਾਰ ਇਹੀ ਮੰਗ ਕਰਦਾ ਕਿ ਸਾਡੇ ਕਮਾਉਣ ਵਾਲਾ ਕੋਈ ਹੋਰ ਨਹੀਂ ਹੈਗਾ, ਅਸੀਂ ਇਲਾਜ ਨਹੀਂ ਕਰਾ ਸਕਦੇ ਤੇ ਸਾਡੀ ਹੈਲਪ ਕੀਤੀ ਜਾਵੇ। ਇਸ ਤੋਂ ਪਹਿਲਾਂ ਕੋਈ ਆਇਆ ਹੋਵੇ ਤੁਹਾਡੇ ਮਤ ਕਰਨ ਵਾਸਤੇ ਅੱਗੇ ਆਇਆ ਹੋਵੇ? ਕੋਈ ਨਹੀਂ ਸਰ, ਕੋਈ ਨਹੀਂ ਆਇਆ, ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ। ਤੁਸੀਂ ਕਿਸੇ ਨੂੰ ਬੇਨਤੀ ਕੀਤੀ ਇਸ ਤੋਂ ਪਹਿਲਾਂ ਕਿਸੇ ਨੂੰ? ਕੀਤਾ 1-2 NGO ਵਾਲਿਆਂ ਨੂੰ ਫੋਨ, ਪਰ ਬਾਅਦ 'ਚ ਉਹ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ, ਤੁਹਾਡੇ ਜ਼ਿਆਦੇ ਆ ਪੈਸੇ, ਅਸੀਂ ਨਹੀਂ ਕੁਛ ਕਰ ਸਕਦੇ। ਨਹੀਂ, ਕਾਫੀ ਜਿਹੜੀਆਂ ਪੰਜਾਬ ਦੇ ਵਿੱਚ NGO ਬੜੇ ਵੱਡੇ ਪੱਧਰ 'ਤੇ ਉਹ ਲੋਕਾਂ ਦੀ ਸੇਵਾ ਕਰ ਰਹੀਆਂ, ਤੁਹਾਡੇ ਇਲਾਜ ਵਾਸਤੇ ਦੇ ਅੱਗੇ ਕਿਉਂ ਨਹੀਂ ਆਈਆਂ? ਕੀ ਕਾਰਨ ਤੁਹਾਨੂੰ? ਕੋਈ ਨਹੀਂ ਸਰ, ਕਿਸੇ ਨੇ ਵੀ ਸਾਡੀ ਹੈਲਪ ਨਹੀਂ ਕੀਤੀ, ਕੋਈ ਕਾਰਨ ਪਤਾ ਨਹੀਂ ਸਾਨੂੰ। Thank you.